हाँ जी सारे वीरां नूं भाई हकूमत संघ वाला वल्लों प्यार भरी सत श्री अकाल वाहिगुरू जी का खालसा वाहिगुरू जी की फतेह। उम्मीद करदा हां कि सारे पंथ धरती वीर नौजवान चढ़दी कला विच हों ते सदा ही रहो। सो आओ वीरियो, अज काफ़ी समय बाद कुछ कारणां करके कोई वीडियो नहीं पाई गई। सो आओ अज जो अज ना चाहुंदिया होया जिहड़ा मसला है अजनाले थाने च होया जां उदू पहलां जिहड़ा होया इहदे ते कुछ नाम ही बोलदे भला, पर जिमें ईरखालू लोग पंथ दे कोठे दे विच जिहड़े उत्तों रूपतां पंथकां वाला ते वड्डे वड्डे प्रचारक जिहड़े बहरूपी है सरकारी बोली बोलदे जिहड़े सरकारी छतर छाया गनमैना थले रह गए बोलदे उहनां ने करके मजबूर अपना फर्ज समझिया बोलण दा। सो आओ इस करके जिहड़ा घटनाक्रम होया कि अमृतपाल सिंह दे सिंघां दे जिवें अमृतपाल सिंह दे खास ही इलजाम लगे वी जिहड़ा वरिंदर नां दा इक नौजवान भी कुटिया गया वह की गलबात आ की असली सच्चाई उहदी ते उह तां चलो जो पूरी सामने आऊगी शायद इन्हां नूं पूरा पता होवे जिहड़े विरुद्ध बोलण वाले अमृतपाल सिंह दे ते चलो जे उहदे उहनूं कुटिया जिहड़े इलजाम लगे आ गलत आ पर उहदा भी गलत आ पहलां उही सुभाअ नॉर्मल नहीं जिहड़े हिसाब नाल पोस्टां पाई जांदा सी फिर उह कहिंदा मैं नाल रहा अमृतपाल सिंह जथे दे कोई फोटो नहीं नाल फिर उह कहिंदा मेरे कोल सबूत आ इन्हां दे विरुद्ध उह कोई पेश नहीं कीते फिर जिद्दां दीआं वीडियो पाउंदा उहदा अति दे जाण वाला सुभाअ जिहा लगदा नॉर्मल जिहा सुभाअ नहीं लगदा रोज़ पोस्टां पाई जाणियां दुबई वाला जथेदार होर पर चलो जो उन्हें किया भी पर जे उन्होंने फड़ के कुटिया जिवें अमृतपाल ते भी इलजाम लाउंदा जे अमृतपाल खुद भी विच सी जे मुकरदा माड़ी गल ते जिवें उन्हें जे कुटिया ते नहीं सी चाहीदा इह बह के गल हो सकती फिर वह जनाले टकसाल चों कहिंदे उत्थों लैके गए यह सारियां गल्लां सच्चाई की आ चलो इहनूं छड्डो आपां गल गांह करनी आ क्यों गल करनी पै रही आ कि उदू गांह जिहड़ा कुछ होया पुलिस ने जिवें चलो कुटिया ते पर जिहड़े हिसाब नाल धरावां लाईआं परचे पाए अमृतपाल सिंह दा नाम विच पाया हालांकि कोई सबूत देण तों बिना वी विच हैगे सी कि नहीं ਉਹ ਕਿਹੜੇ ਸਾਨੂੰ ਉਹਦਾ ਇਹ ਕਾਰਨ ਮੰਨਦਾ ਵੀ ਉਹ ਤਾਂ ਸਿੱਧਾ ਹੀ ਦਿਸੀ ਜਾਂਦਾ ਇਹ ਜਿਹੜੇ ਲੋਕ ਆ ਜਿਹੜੇ ਦੀਪ ਸਿੱਧੂ ਦੇ ਵੀ ਵਿਰੋਧੀ ਈਰਖਾ ਉਗਲਦੇ ਸੀ ਜਿਹੜੇ ਯਾਰ ਉਹਦੇ ਹੱਕ 'ਚ ਨਹੀਂ ਕਦੇ ਬੋਲੇ ਸੀ ਅਸੀਂ ਕਹਿੰਦੇ ਹਾਂ ਵੀ ਜੋ ਉਹਨੂੰ ਸਰਕਾਰ ਨੇ ਮਰਵਾਇਆ ਕਿਉਂ ਮਰਵਾਇਆ ਕਿਉਂਕਿ ਇਸ ਕਰਕੇ ਕਿ ਉਹ ਪੰਥ ਦੀ ਸਿੱਖਾਂ ਦੀ ਪੰਜਾਬ ਦੀ ਸਿੱਖਾਂ ਦੇ ਹੱਕ ਦੀ ਗੱਲ ਕਰ ਰਿਹਾ ਸੀ ਉਹੀ ਅੰਮ੍ਰਿਤਪਾਲ ਸਿੰਘ ਕਰ ਰਿਹਾ ਇਸ ਕਰਕੇ ਨਿੱਜੀ ਲੜਾਈ ਨਹੀਂ ਇਹ ਇਸ ਕਰਕੇ ਗਿਣ ਰਿਹਾ ਪੰਥ ਵੀ ਨਿੱਜੀ ਲੜਾਈ ਨਹੀਂ ਹੋ ਸਕਦੀਆਂ ਬੜੀਆਂ ਕਮੀਆਂ ਅੰਮ੍ਰਿਤਪਾਲ ਸਿੰਘ ਉਹਦੇ ਜਥੇ ਵਿੱਚ ਹੋਣ ਉਹ ਬਹਿ ਕੇ ਗੱਲ ਹੋ ਸਕਦੀ ਆ ਪਰ ਕਿਵੇਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾ ਕੇ ਅੰਮ੍ਰਿਤ ਛਕਾ ਕੇ ਆਨੰਦਪੁਰ ਸਾਹਿਬ ਵੱਲ ਮੁੱਖ ਕੀਤਾ ਹੋਇਆ ਜਿਹੜਾ ਨੌਜਵਾਨਾਂ ਦਾ ਇਸ ਕਰਕੇ ਕੌਮ ਦੀ ਹੋਣ ਦੀ ਲੜਾਈ ਖਾਲਸਾ ਰਾਜ ਦੀ ਗੱਲ ਆਜ਼ਾਦੀ ਦੀ ਗੱਲ ਸਾਡੇ ਹੱਕਾਂ ਦੀ ਗੱਲ ਕੌਮੀਅਤ ਦੀ ਗੱਲ ਇਹ ਸਰਕਾਰਾਂ ਨੂੰ ਕਦੇ ਪ੍ਰਵਾਨ ਨਹੀਂ ਹੁੰਦੀ ਇਸ ਕਰਕੇ ਉਲਝਾਉਣ ਦੀ ਕੋਸ਼ਿਸ਼ ਕੀਤੀ ਗਈ ਕਿਵੇਂ ਸਿੰਘਾਂ ਨੂੰ ਪਹਿਲਾਂ ਵੀ ਉਦੋਂ ਪਹਿਲਾਂ ਫੌਜੀ ਨੂੰ ਫੜਿਆ ਅਤੇ ਚਲੋ ਉਹਨੂੰ ਅੰਦਰ ਰੱਖ ਕੇ ਉਦੋਂ ਵੀ ਥਾਣੇ 'ਚ ਆਏ ਉਦੋਂ ਐਡਾ ਨਹੀਂ ਕੀਤਾ ਸੀ ਵਿਰੋਧ ਅਤੇ ਚਲੋ ਛੱਡਿਆ ਪਰ ਚੈੱਕ ਕਰ ਕਰਕੇ ਵੇਹਦੇ ਫਿਰ ਉਹ ਜਿਵੇਂ ਅਮਰਤਪਾਲ ਸਿੰਘ ਕਹਿੰਦਾ ਸੀ ਤੁਸੀਂ ਮੇਰੇ ਚੈੱਕ ਕਰਦੇ ਸੀਗੇ ਵੀ ਇਹ ਕਿੰਨਾ ਕੁ ਇਹ ਇਕੱਠ ਕਰ ਸਕਦੇ ਆ ਕਿਵੇਂ ਗੱਲਬਾਤ ਆ ਪਰ ਚਲੋ ਉਹ ਜਿਹੜਾ ਕੁਛ ਹੋਇਆ ਉਦੋਂ ਬਾਅਦ ਉਹ ਨੌਜਵਾਨ ਨੂੰ ਕਿਵੇਂ ਇੱਕ ਪਾਸੇ ਵਿਛਾ ਰਹਿ ਗਿਆ ਉਹਦੀ ਸੱਚਾਈ ਸਾਹਮਣੇ ਆਊਗੀ ਕੀ ਗੱਲਬਾਤ ਆ ਵੀ ਸਬੂਤ ਉਹਨੇ ਕੋਈ ਦਿੱਤੇ ਕਹਿੰਦਾ ਮੇਰੇ ਕੋਲ ਸਬੂਤ ਆ ਹੋ ਸਕਦਾ ਜਥੇ ਦੇ ਸਿੰਘਾਂ ਨਾਲ ਉਹਦੀ ਕਿਸੇ ਨਾਲ ਲੱਗਦੀ ਹੋਵੇ ਕੋਈ ਵੀ ਗੱਲ ਹੋ ਸਕਦੀ ਆ ਅਤੇ ਚਲੋ ਅੰਮ੍ਰਿਤਪਾਲ ਸਿੰਘ ਨੂੰ ਵੇਖਣਾ ਚਾਹੀਦਾ ਉਹਦੇ ਜਥੇ ਜੇ ਕੋਈ ਕਮੀ ਆ ਤਾਂ ਉਹਨੂੰ ਦੂਰ ਕਰਨਾ ਚਾਹੀਦਾ ਸਾਡਾ ਵੀ ਬਹਿ ਕੇ ਪਰ ਜੇ ਅਸੀਂ ਈਰਖਾ ਦੇ ਵਿੱਚ ਮੱਚੇ ਪਏ ਜਿਹੜੇ ਅਸੀਂ ਪੰਥ ਦੇ ਠੇਕੇਦਾਰ ਪ੍ਰਚਾਰਕ ਹੋਰ ਵੀ ਆਗੂ ਜਥੇਬੰਦੀਆਂ ਦੇ ਜਿਹੜੇ ਟੇਢੇ ਢੰਗ ਨਾਲ ਵਿਰੋਧ 'ਚ ਬੋਲੇ ਆ ਗੁਰੂ ਸਾਹਿਬ ਨੂੰ ਜਿਹੜਾ ਲੈ ਕੇ ਗਏ ਆ ਚਲੋ 1% ਗਲਤ ਵੀ ਮੰਨ ਲਓ ਚਲੋ ਬੜੀਆਂ ਉਹ ਸਾਰਾ ਚੱਲੀ ਜਾਂਦਾ ਜਿੱਦ ਜਦਾਈ ਦੋਵਾਂ ਪਾਸਿਓਂ ਹੀ ਵੀ ਚਲੋ ਘੱਲੂ ਘਾਰਿਆਂ ਦੀ ਗੁਰੂ ਸਾਹਿਬ ਜਾਂ ਫੌਜ ਦੇ ਦਿੱਤੀ ਜਾਂਦੀ ਪਈ ਆ ਕਿ ਉਦਾਹਰਨਾਂ ਕਿ ਫੌਜੀਆਂ ਦੇ ਨਾਲ ਗੁਰੂ ਸਾਹਿਬ ਹੁੰਦੇ ਆ ਜਿੱਥੇ ਉਹਨਾਂ ਦੇ ਕੈਂਪ ਲੱਗਦੇ ਆ ਜਾਂ ਬਾਰਡਰਾਂ 'ਤੇ ਚਲੋ ਅਰਦਾਸ ਬੇਨਤੀ ਕਰਦੇ ਆ ਅਤੇ ਘੱਲੂ ਘਾਰਿਆਂ ਦਾ ਵੀ ਬੜਿਆਂ ਦਾ ਆ ਵੀ ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਆ ਜਿਹੜੇ ਗੱਡੇ 'ਤੇ ਵੀ ਜਾਂ ਨਾਲ ਸੀ ਗਵਾਹੀ ਕਰ ਰਹੇ ਮਾਰੇ ਉਹਦੇ ਦੁਆਲੇ ਸ਼ਹੀਦੀਆਂ ਬਣੀਆਂ ਚਲ ਆਪਾਂ ਇਸ ਪਾਸੇ ਨਾ ਜਾਈਏ ਅੰਮ੍ਰਿਤਪਾਲ ਨੂੰ ਗਲਤ ਵੀ ਕਹਿ ਲਓ ਹਾਲਾਂਕਿ ਉਹ ਜਦੋਂ ਦਾ ਤੁਰੇ ਆ ਕਾਫਲਾ ਲੈ ਕੇ ਉਵੇਂ ਹੀ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੀ ਗਵਾਹੀ 'ਚ ਪੰਜਾਂ ਪਿਆਰਿਆਂ ਦੀ ਰਹਿਣਮਾਈ ਹੇਠ ਅਤੇ ਗੁਰੂ ਸਾਹਿਬ ਦੀ ਛਤਰ ਛਾਇਆ ਹੇਠ ਪੰਥ ਦੇ ਨਾਲ ਸੰਗਤਾਂ ਦੇ ਨਾਲ ਉਵੇਂ ਵਿਚਰਦੇ ਉਵੇਂ ਉੱਥੇ ਵਿਚਰੇ ਚਲੋ ਨਾਮ ਹੀ ਲੈ ਕੇ ਜਾਂਦੇ ਜਾਂ ਜੇ ਇਹਨਾਂ ਨੂੰ ਪਤਾ ਲੱਗ ਗਿਆ ਵੀ ਅੰਮ੍ਰਿਤਪਾਲ ਸਿੰਘ ਢਾਲ ਬਣਾ ਕੇ ਲੈ ਕੇ ਗਿਆ ਉਹਦਾ ਸਤਿਕਾਰ ਦੇ ਰੂਪ ਦੇ ਵਿੱਚ ਹੀ ਉਵੇਂ ਅਤੇ ਚਲੋ ਗੁਰੂ ਸਾਹਿਬ ਨਾਮ ਹੀ ਥਾਣੇ ਜਾਂਦੇ ਚਲੇ ਵੀ ਗਏ ਅਤੇ ਥਾਣਿਆਂ 'ਚ ਉਦਘਾਟਨ ਹੁੰਦੇ ਆ ਬੜਾ ਕੁਛ ਹੁੰਦਾ ਚਲੋ ਮੈਂ ਕੋਈ ਅੰਮ੍ਰਿਤਪਾਲ ਦਾ ਪੱਖ ਨਹੀਂ ਇਕੱਲਾ ਪੂਰਦਾ ਪਰ ਗੱਲ ਮੈਂ ਜਿਹੜੀ ਮੇਨ ਤੇ ਉਸ 'ਤੇ ਆਉਣਾ ਵੀ ਜਿਹੜੇ ਵਿਰੁੱਧ ਬੋਲ ਰਹੇ ਜਿਵੇਂ ਢੱਡਰੀਆਂ ਵਾਲਾ ਹੋਇਆ ਧੁੰਦਾ ਹੋ ਗਿਆ ਜਿਵੇਂ ਆਹ ਚਗਲ ਜਿਹਾ ਬੂਟਾ ਹੋ ਗਿਆ ਅਤੇ ਆਹ ਦੂਜਿਆਂ ਨੇ ਤਾਂ ਬੋਲਣਾ ਹੀ ਬੋਲਣਾ ਜਿਹੜੇ ਬਿਆਂਤੇ ਦੀਆਂ ਲਾਦਾਂ ਬਿੱਟਾ ਹੋ ਗਿਆ ਬਿੱਟੂ ਹੋ ਗਿਆ ਅਤੇ ਉਹ ਪਾਗਲ ਜਿਹਾ ਮੰਡ ਜਿਹੜਾ ਉਹਨੂੰ ਕਿਵੇਂ ਫੜੀ ਫਿਰਦੇ ਆ ਅਤੇ ਇਸ ਕਰਕੇ ਉਹਨਾਂ ਦੀ ਕਾਟਾਗਿਰੀ 'ਚ ਢੱਡਰੀਆਂ ਵਾਲਾ ਧੁੰਦੇ ਨਹੀਂ ਇਹ ਵੀ ਰਲ ਰਹੇ ਆ ਇਸ ਕਰਕੇ ਬੋਲਣਾ ਪੈ ਰਿਹਾ ਅਤੇ ਜਿਹੜੀ ਗੱਲ ਵੀ ਇਹ ਕੁਫਰ ਤੋਲ ਰਹੇ ਆ ਢੱਡਰੀਆਂ ਵਾਲਾ ਜਿਹੜੀ ਗੱਲ ਕਹਿੰਦਾ ਵੀ ਉਹਨਾਂ ਨੇ ਗੁਰੂ ਸਾਹਿਬ ਸਤਿਕਾਰ ਪ੍ਰਸ਼ਾਸਨ ਦਾ ਧੰਨਵਾਦ ਜਿਨ੍ਹਾਂ ਨੇ ਜੇ ਦਿਲੋਂ ਸਤਿਕਾਰ ਕੀਤਾ ਦੇ ਪਰ ਬਾਅਦ ਦੇ ਵਿੱਚ ਬੜਾ ਕੁਛ ਕਿਹਾ ਜਾਂਦਾ ਇਦੋਂ ਪਹਿਲਾਂ ਫਿਰ ਵੇਖ ਲਿਆ ਜੇ ਕਿੰਨਾ ਕੁ ਸਤਿਕਾਰ ਕੀਤਾ ਸਿੱਖਾਂ ਦਾ
प्रशासन ने पुलिस ने जां सरकारां ने जिहड़ियां 25,000 लाशां दा भाई साहब ने वेरवा इकट्ठा कीता सी जसवंत सिंह खालड़ा ने जिन्हां नूं लाश बनाता नाल ही कि वह सारे पुलिस के कोले चल के गया सी सानूं साडियां लाशां बनाओ कि वह पुलिस ने जबर किया धक्के शाइयां कीतियां सी बेंते बुचड़ ते KBS गिल की जोड़ी ने बहबल कलां की होया बरगाड़ी की होया यह सारा कुछ ध्यान च रखना है। अवसर सारे माड़े नहीं हुंदे सारे चंगे नहीं हुंदे पर सरकार ते प्रशासन सिखां दे वास्ते इन्हां दा कानून वखरा रहा ते वखरा ही रहना इस करके सिखां नूं गुलामी का अहसास करवाउणा ही करवाउणा वी तुसीं याद नहीं। चलो ये जिहड़ी गल कहिंदे वी उन्होंने सत्कार किया बैरियल नहीं लाए गुरु साहिब नूं थाने च लै गए अन्ने अखां फुटियां किने टकरा की स्थिति की पहला मैं दसना चाहना भी ये जो कुछ होया अमृतपाल सिंह ने उदा ही आपके पिंड इकट्ठ करके ये भी कहा कि जे मैनू गिरफ्तार करना इतने आके कर लो माड़ा जिहा ध्यान ना सुनिया जी भी आके मैं गिरफ्तार कर सकते इकट्ठ सद्या उन्होंने उत्थों लाण की तां 19 तरीक नूं बुद्ध सिंह वाले सूरमे के पिंड समागम हो रहा दीप सिद्धू का शहीदी दिहाड़ा मनाया जा रहा उत्थों असीं लाण करांगे जे ये प्रशासन उन्ने दिनों तक नहीं भाई लवप्रीत सिंह तफान नूं छड्डदा ते चलो प्रशासन ने विच फिर गल चल ही रही सी नाल उत्थे स्टेज ते उन्होंने दस्या वी उह कह रहे वी सानूं समां दिओ दिहाड़ी लंघदा ते असीं इह परचा खारज करके छड्डांगे चल उत्थे उन्होंने बुधवार का टाइम देता 19 नूं जिहड़ा कोई घराओ करन दा जिहड़ा प्रोग्राम देना सी उह कैंसल कीता सब नूं ओपन स्टेज दे ओपन स्टेज ते कहा ते मीडिया दे विच सारा कुछ ते पिंड वी कहा सी गिरफ्तार करना आ के कर लो मैं बैठा जो क्यों परचे जो उन्हों का नाम ही पाया गया यह किवें लिजा के किवें जिहड़ा पंथ दे हितां दी गल करदा उन्हूं किवें सरकारां दबाउणा चाहुंदियां ते आपदे चुंगल च फसाउणा चाहुंदियां गुलाम बनाउणा चाहुंदियां किवें पंथ दे जिहड़े हक्कां दी गल करदा उधरों ढाउणा चाहुंदियां सब नूं पता बच्चां नूं पता एक जिहड़े सरकारी बोली बोलण वाले धुंदे ते ढड्डरियां वाले वर्गे सरकारी गन्नम इन्हां छतरी थले रहिंदे आ इन्हां नूं नहीं पता इन्हां ने सिर्फ पंथ दे मसलियां दे पंथ दे विरुद्ध भुगतना हुंदा दूजे पासे नहीं इन्हां दा मूंह खुलना हुंदा सो आओ ਉਹ ਗੱਲ ਹੋਈ ਉਦੋਂ ਬਾਅਦ ਜਦੋਂ ਇਹਨਾਂ ਨੇ ਛੱਡਿਆ ਨਹੀਂ ਉਲਟਾ ਦਿਨ ਪੈ ਗਏ ਅਤੇ ਨਾਲ ਅੰਮ੍ਰਿਤਪਾਲ ਨੂੰ ਗ੍ਰਿਫਤਾਰ ਕਰਨ ਦਾ ਜੋ ਪੁਲਿਸ ਦਾ ਸਾਰਾ ਪ੍ਰਸ਼ਾਸਨ ਦਾ ਉਹਨਾਂ ਨੂੰ ਵੀ ਪਤਾ ਲੱਗਦਾ ਸੀ ਅਕਸਰ ਹੁਣ ਦੁੱਧ ਚੁੰਗ ਦਾ ਬੱਚਾ ਤਾਂ ਅੰਮ੍ਰਿਤਪਾਲ ਸਿੰਘ ਵੀ ਨਹੀਂ ਨਾਲ ਸਿੰਘ ਆ ਵੱਖਰੀ ਗੱਲ ਆ ਸਾਡੇ ਪੰਥ ਦੇ ਠੇਕੇਦਾਰ ਬਾਹਲੇ ਵਿਰੁੱਧ ਲੱਤਾਂ ਖਿੱਚਣ ਹੋਏ ਪਏ ਆ ਚਲੋ ਨੌਜਵਾਨ ਜਾਗੇ ਹੋਏ ਨਾਲ ਕੁਝ ਹੈ ਕੁਝ ਕਮੀਆਂ ਵੀ ਹੋਣਗੀਆਂ ਉਹ ਵੱਖਰਾ ਵਿਸ਼ਾ ਇੱਕ ਸੋ ਉਹ ਫਿਰ ਅੰਮ੍ਰਿਤਪਾਲ ਸਿੰਘ ਨੇ ਟਾਈਮ ਦਿੱਤਾ ਵੀ ਜੇ ਤੁਸੀਂ ਸਿੰਘ ਨਹੀਂ ਸਾਡਾ ਛੱਡਿਆ ਅਸੀਂ ਹੁਣ ਇਕੱਠ ਕਰਕੇ ਆਵਾਂਗੇ ਅਤੇ ਜੇ ਤਾਂ ਸਾਨੂੰ ਗ੍ਰਿਫਤਾਰ ਕਰੋ ਜੇ ਵਾਕਈ ਪਰਚਾ ਬਣਦਾ ਇਹ ਇੰਨੀ ਕੁ ਕੁੱਟ ਮਾਰਦਾ ਜੋ 35-40 ਬੰਦੇ ਦੇ ਕੁੱਟਿਆ ਹੋਇਆ ਬੰਦਾ ਤੇ ਐਂ ਬਿਆਨ ਦੇ ਰਿਹਾ ਉਵੇਂ ਬੋਲ ਰਿਹਾ ਫਿਰ ਉਹਦਾ ਕੋਈ ਨੋਰਮਲ ਸੁਭਾਅ ਵੀ ਨਹੀਂ ਲੱਗਦਾ ਪਿਆ ਉਹਦਾ ਅਤੇ ਵੀ ਜੇ ਐਡੇ ਵੱਡੀਆਂ ਧਰਾਵਾਂ ਬਣਦੀਆਂ ਐਡੇ ਪਰਚੇ ਬਣਦੇ ਆ ਚਲੋ ਜੇ ਅੰਮ੍ਰਿਤਪਾਲ ਸਿੰਘ ਮੁੱਕਰਦਾ ਵੀ ਮੈਂ ਨਹੀਂ ਕੁੱਟਣ ਜੋ ਲਵਪ੍ਰੀਤ ਕਹਿ ਰਿਹਾ ਉਹ ਕਹਿ ਰਿਹਾ ਵੀ ਹੈਗਾ ਵਰਿੰਦਰ ਕਹਿ ਰਿਹਾ ਉਹ ਅੰਮ੍ਰਿਤਪਾਲ ਸਿੰਘ ਦੇ ਝੂਠਾ ਹੋਏ ਅਤੇ ਉਹਦੇ ਵਾਸਤੇ ਗਲਤ ਮਾੜੀ ਗੱਲ ਪਰ ਜਿਹੜੀ ਗੱਲ ਪੁਲਿਸ ਦੇ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਆਵਾਂਗੇ ਸਾਨੂੰ ਗ੍ਰਿਫਤਾਰ ਕਰ ਲਓ ਨਹੀਂ ਤਾਂ ਸਾਡਾ ਸਿੰਘ ਛੱਡੋ ਚਲੋ ਵੀ ਫਿਰ ਪੱਤਰਕਾਰਾਂ ਨੇ ਪੁੱਛਿਆ ਵੀ ਕੋਈ ਟਕਰਾ ਦੀ ਸੀ ਤਾਂ ਉਹਨਾਂ ਕਿਹਾ ਅਸੀਂ ਟਕਰਾ ਨਹੀਂ ਚਾਹੁੰਦੇ ਅਸੀਂ ਸ਼ਾਂਤਮਈ ਜਾਵਾਂਗੇ ਇਹ ਪੁਲਿਸ ਨੇ ਵੇਖਣਾ ਟਕਰਾ ਫਿਰ ਉਦੋਂ ਪਹਿਲਾਂ ਬਿਆਨ ਦਿੱਤਾ ਸੀ ਉਹਨਾਂ ਨੇ ਵੀ ਜੇ ਤਾਂ ਪੁਲਿਸ ਨੇ ਨਹੀਂ ਭਾਈ ਸਿੰਘ ਛੱਡਣਾ ਤਾਂ ਸਾਡੇ ਦੇ ਧੱਕੇ ਨਾ ਪਰਚੇ ਪਾਉਣੇ ਦੋ ਹੱਥ ਕਰਨੇ ਹੀ ਆ ਫਿਰ ਭਾਈ ਜਾਣ ਵਾਹਣ ਇੱਕੋ ਜਾਂਦਾ ਆਪਾਂ ਦੋ ਹੱਥ ਕਰਕੇ ਫਿਰ ਵੀ ਓਪਨ ਬਿਆਨ ਦਿੱਤਾ ਮੀਡੀਆ ਦੇ ਵਿੱਚ ਸ਼ਾਇਦ ਢੱਡਰੀਆਂ ਵਾਲੇ ਨੇ ਨਾ ਸੁਣਿਆ ਹੋਵੇ ਧੁੰਦੇ ਨੇ ਨਾ ਸੁਣਿਆ ਹੋਵੇ ਫਿਰ ਉਹਨਾਂ ਨੇ ਕਿਹਾ ਵੀ ਜੇ ਟਕਰਾ ਦੀ ਸਥਿਤੀ ਪ੍ਰਸ਼ਾਸਨ ਨੇ ਵੇਖਣਾ ਟਕਰਾ ਕਰਨਾ ਕਿ ਅਸੀਂ ਸ਼ਾਂਤਮਈ ਜਾਵਾਂਗੇ ਸਾਨੂੰ ਦੱਸਣ ਜੇ ਸਾਡਾ ਕਸੂਰ ਆ ਸਾਨੂੰ ਵੀ ਰੈਸਟ ਕਰਨ ਨਹੀਂ ਤਾਂ ਸਾਡਾ ਸਿੰਘ ਵੀ ਛੱਡਣ ਇਹ ਗੱਲ ਹੋਈ ਅਤੇ ਫਿਰ ਢੱਡਰੀਆਂ ਵਾਲਾ ਕਮੀਨਿਆਂ ਹੱਦ ਹੁੰਦੀ ਕਮੀਨਗੀ ਦੀ ਇੰਨਾ ਸਾੜਾ ਅੰਦਰੋਂ ਬਾਕੀ ਜਿਹਨੂੰ ਕੋਈ ਪੁੱਛਦਾ ਨਹੀਂ ਅੰਮ੍ਰਿਤਪਾਲ ਸਿੰਘ ਦਾ ਮੈਂ ਤਾਂ ਇਹਨੂੰ ਗਿਣਦਾ ਹੀ ਨਹੀਂ ਨਾ ਇਹਨੂੰ ਕਿਸੇ ਗੱਲ ਵੀ ਪੰਥ ਦੇ ਮਸਲੇ 'ਚ ਕੀ ਹੈ ਬੰਦੇ ਨੂੰ ਗਿਣਾ ਜਿਹੜਾ ਪੰਥ ਦੇ ਵਿਰੋਧੀ ਚੱਲਦਾ ਆ ਜਿਹੜਾ ਏਜੰਸੀਆਂ ਦੇ ਨਾਂ 'ਤੇ ਜਿਹੜਾ ਸਿਧਾਂਤ ਢਾ ਰਿਹਾ ਸਿੱਖਾਂ ਦੇ ਵਿਰੁੱਧ ਅਤੇ ਜਿਹੜਾ ਘੱਗੇ ਅਤੇ ਦਲਗੀਰ ਨੂੰ ਆਪਦਾ ਪਿਓ ਮੰਨ ਕੇ ਅਤੇ ਸਿੱਖਾਂ ਦੇ ਅਕਾਲ ਤਖਤ ਸਾਹਿਬ ਦੇ ਜਿਹੜੇ ਮਹਾਨ ਸਿਧਾਂਤ ਨੂੰ ਨਹੀਂ ਮੰਨਦਾ ਵੀ ਇਹਦੇ ਬਾਰੇ ਮੈਂ ਕੀ ਕਹਿਣਾ ਅਤੇ ਪਰ ਮੱਲੋ ਮੱਲੀ ਮੈਂ ਕੌਣ ਤੂੰ ਤੂੰ ਕੌਣ ਮੈਂ ਖਾ ਮਖਾ ਇਹ ਉਹ ਗੱਲ ਆ ਵੀ ਹੁਣ ਵੀ ਮੈਨੂੰ ਕੋਈ ਪੁੱਛਦਾ ਨੀਗਾ ਅਤੇ ਮੈਂ ਜਿਹੜਾ ਡੱਬ ਡੱਬਾ ਵਜਾ ਕੇ ਅਤੇ ਕੌਮ ਨੂੰ ਗੁੰਮਰਾਹ ਕਰਦਾ ਸੀਗਾ ਪਾਟੋ ਧਾੜ ਕਰਦਾ ਸੀਗਾ ਸਟੇਜਾਂ 'ਤੇ ਬਹਿ ਕੇ ਨਾਲੇ ਇੱਧਰ ਪੈਸੇ ਕਮਾਉਣੇ ਅਤੇ ਨਾਲੇ ਵੰਡੀਆਂ ਪਾਉਣੀਆਂ ਪੰਥ 'ਚ ਨਾਲੇ ਬਾਹਰ ਜਾ ਕੇ ਲਾਲ ਇਕੱਠੇ ਕਰਨੇ ਪਰ ਹੁਣ ਸਿੱਖ ਸਚੇਤ ਹੋ ਗਏ ਇਸ ਕਰਕੇ ਕੁਝ ਤਾਂ ਹੁੰਦੇ ਹੀ ਆ ਜਿਹੜੇ ਚੇਲੇ ਬਣੇ ਹੋਏ ਪਛਲੱਗ ਉਹ ਸਾਰੇ ਤਾਂ ਇੰਨਾ ਹੋਮੇ ਜੋਗੇ ਤਾਂ ਹੁੰਦੇ ਆ ਸਾਰਿਆਂ ਦੇ ਨਾਲ ਉਹ ਧੁੰਦੇ ਵਰਗਾ ਹੋ ਗਿਆ ਢੱਡਰੀਆਂ ਵਾਲਾ ਵਰਗਾ ਸਾਰਿਆਂ ਦੇ ਉਹਨੇ ਹੋਮੇ ਨੂੰ ਪੱਠੇ ਪਾਉਣ ਜੋਗੇ ਹੁੰਦੇ ਆ ਨਾਲ ਸੋ ਇਸ ਕਰਕੇ ਇੰਨਾ ਝੂਠ ਕਹਿੰਦਾ ਵੀ ਪ੍ਰਸ਼ਾਸਨ ਨੇ ਚਲੋ ਸਤਿਕਾਰ ਆ ਧੰਨਵਾਦ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਵਾਕਈ ਸਤਿਕਾਰ ਕੀਤਾ ਗੁਰੂ ਸਾਹਿਬ ਦਾ ਪਰ ਜਿਹੜੀ ਟਕਰਾਅ ਦੀ ਸਥਿਤੀ ਕਹਿੰਦਾ ਵੀ ਉਹਨਾਂ ਨੇ ਬੈਰੀ ਵਾਲੇ ਪਾਸੇ ਕਰਤੇ ਗੁਰੂ ਸਾਹਿਬ ਲੰਘ ਕੇ ਅੰਨਾ ਹੀ ਅੱਖਾਂ ਫੁੱਟੀਆਂ ਢੱਡੀਆਂ ਵਾਲਿਆ ਪਹਿਲਾਂ ਤਾਂ ਬਿਆਸ ਦਰਿਆ ਅਤੇ ਉੱਥੇ ਰੋਕ ਲਏ ਸਿੰਘ ਫਿਰ ਹਰੀਕੇ ਰੋਕ ਕੇ ਉਹ ਗ੍ਰਿਫਤਾਰ ਕਰਕੇ ਥਾਣਿਆਂ 'ਚ ਲੈ ਕੇ ਗਏ ਜਥਿਆਂ ਨੂੰ ਜਿਹੜੇ ਉੱਧਰ ਨੂੰ ਆ ਰਹੇ ਸੀ ਇਹ ਕੋਈ ਵੀ ਹੁੰਦਾ ਕੋਈ ਲੀਡਰ ਹੁੰਦਾ ਕੌਮ ਲੀਡਰ ਮੰਨੀ ਬੈਠੀ ਆਗੂ ਮੰਨਦੀ ਆ ਅਤੇ ਕੌਮ ਨਾਲ ਜਾ ਰਹੀ ਸੀ ਤੁਸੀਂ ਨਹੀਂ ਸੱਦਦੇ ਮਾੜੀ ਮਾੜੀ ਗੱਲ 'ਤੇ ਆਪਦੇ ਚੇਲੇ ਚੇਲੀਆਂ ਨੂੰ ਕੋਈ ਸਿਧਾਂਤ ਦੀ ਗੱਲ ਨਹੀਂ ਹੁੰਦੀ ਆਪਦੀ ਨਿੱਜੀ ਹੁੰਦੀ ਆ ਸਾਡੇ ਦੀਵਾਨ ਨਹੀਂ ਲੱਗਣ ਦੇ ਸਾਨੂੰ ਰੋਕਦੇ ਆ ਅਤੇ ਉਹਨਾਂ ਨੇ ਗ੍ਰਿਫਤਾਰ ਕੀਤੇ ਅਤੇ ਫਿਰ ਉੱਥੇ ਜਿਹੜੇ ਬੈਰੀਆ ਲਾਏ ਜਿੱਥੇ ਝੜੱਪ ਹੋਈ ਪੁਲਿਸ ਦੇ ਨਾਲ ਥਾਣੇ ਕੋਲ ਜਾ ਕੇ ਢੱਡਰੀਆਂ ਵਾਲਿਆ
ਅੰਨਾ ਅੱਖਾਂ ਫੁੱਟ ਗਿਆ ਇੰਨਾ ਈਰਖਾ ਤੇ ਜੋ ਬੈਰੀ ਵਾਲ ਪਾਸੇ ਕਰ ਲਏ ਸੀ ਪਰ ਬੈਰੀ ਵਾਲ ਪਾਸੇ ਕਰਾਉਣ ਦੀ ਖਾਤਰ ਸਿੰਘਾਂ ਦਾ ਪੁਲਿਸ ਨਾਲ ਟਕਰਾ ਕਿਉਂ ਹੋਇਆ? ਉਹ ਇਹ ਨਹੀਂ ਹੋਣੀ ਚਾਹੀਦੀ। ਮੈਂ ਭੰਨ ਤੋੜ ਦੇ ਹੱਕ 'ਚ ਨਹੀਂ ਕਿਸੇ ਦੇ ਵਿੱਚ, ਕਿਸੇ ਵੀ ਪ੍ਰੋਪਰਟੀ ਭਲਾ ਸਰਕਾਰੀ ਆ ਭਲਾ ਪ੍ਰਾਈਵੇਟ, ਉਹਦੀ ਭੰਨ ਤੋੜ ਨਹੀਂ ਹੋਣੀ ਚਾਹੀਦੀ। ਆਪਾਂ ਇਸ ਗੱਲ ਨਾਲ ਸਹਿਮਤ ਨਹੀਂ ਤੇ ਉਦਾਂ ਜਿਹੜੀ ਗੱਲਬਾਤ ਹੋ ਜਾਣੀ ਚਾਹੀਦੀ ਆ। ਪਰ ਉਹ ਕਿਵੇਂ ਹੋਇਆ? ਚਲੋ ਗੁਰੂ ਸਾਹਿਬ ਜੀ ਪਾਲਕੀ ਸਾਹਿਬ ਦੇ ਸਿੰਘ ਨਾਲ ਉਹ ਮਰਜ਼ਾਦਾ ਦਾ ਵੀ ਪਤਾ ਤੇ ਭਾਵਨਾ ਦੇ ਨਾਲ ਜਿਹੜੇ ਗੁਰੂ ਸਾਹਿਬ ਦੀ ਗਵਾਹੀ ਕਬੂਲ ਕੇ ਲਗਾਏ। ਜੇ ਤੁਹਾਨੂੰ ਪਤਾ ਲੱਗ ਗਿਆ ਵੀ ਅੰਮ੍ਰਿਤਪਾਲ ਸਿੰਘ ਤਾਂ ਮਤਲਬ ਜਾਣ ਕੇ ਲੈ ਕੇ ਗਿਆ ਢਾਲ ਬਣਾ ਕੇ ਗੁਰੂ ਸਾਹਿਬ ਨੂੰ, ਤੇ ਫਿਰ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਦੇ ਵਿੱਚ ਸੀ ਵਿਹੜੇ 'ਚ, ਤੇ ਆਪ ਚਲੇ ਗਏ ਅਫਸਰ ਦੇ ਸਾਹਮਣੇ ਟਾਣੇ ਦੇ ਵਿੱਚ ਕਮਰੇ 'ਚ। ਗ੍ਰਿਫਤਾਰ ਤਾਂ ਅੰਮ੍ਰਿਤਪਾਲ ਸਿੰਘ ਨੂੰ ਕਰਨਾ ਸੀ, ਕਰ ਲੈਂਦੇ ਫਿਰ ਭਾਈ ਵੀ ਜੇ ਢਾਲ ਬਣਾਇਆ ਸੀ। ਉਹ ਸੰਗਤ ਦੇ ਰੂਪ ਵਿੱਚ ਗੁਰੂ ਸਾਹਿਬ ਦੀ ਗਵਾਹੀ ਦੇ ਵਿੱਚ ਲੈ ਕੇ ਗਏ, ਇਸ ਨੂੰ ਬੜੇ ਪੰਥਦਰਦੀ ਜਿਹੜੇ ਸੁਹਿਰਦਾ ਉਹ ਸਹੀ ਵੀ ਠਹਿਰਾ ਰਹੇ ਆ। ਪਰ ਚਲੋ ਗਲਤ ਵੀ ਕਹਿਣਾ ਤੁਸੀਂ ਇੱਕ ਮਿੰਟ, ਪਰ ਈਰਖਾ ਨਾਲ ਤਾਂ ਨਾ ਬੋਲੋ। ਜੇ ਤੁਹਾਨੂੰ ਪੰਥ ਦਾ ਭਲਾ ਵੀ, ਉਹ ਕੌਮ ਦੀ ਆਜ਼ਾਦੀ ਦੀ, ਪੰਥ ਦੀ ਗੱਲ, ਹੱਕਾਂ ਦੀ ਗੱਲ, ਨੌਜਵਾਨਾਂ ਨੂੰ ਕਿੰਨਿਆਂ ਨੂੰ ਨਸ਼ੇ ਛੁਡਾ ਕੇ ਅੰਮ੍ਰਿਤ ਸਿੰਘ ਕਿਰਨ ਜਾਗੀ ਆ, ਮਾਤਾਵਾਂ ਦੀ, ਬਜ਼ੁਰਗਾਂ ਦੀ, ਜਿਨ੍ਹਾਂ ਦੇ ਪੁੱਤ ਨਸ਼ਿਆਂ 'ਚ ਰੁੜੇ ਜਾਂਦੇ ਸੀ, ਵੀ ਕੋਈ ਅੰਮ੍ਰਿਤਪਾਲ ਸਿੰਘ ਦੇ ਚਲੋ ਨਾਲ ਜੁੜ ਕੇ ਉਹਦੇ ਤੋਂ ਸਿੱਖਿਆ ਲੈ ਕੇ ਸਾਡੇ ਪੁੱਤ ਸ਼ਾਇਦ ਨਸ਼ਿਆਂ ਤੋਂ ਬਾਜਣ, ਸਿਵਿਆਂ ਵਾਲੇ ਰਾਹ ਜਾਂਦੇ ਨਾ ਜਾਣ, ਅਣਖ ਦੀ ਮੌਤ ਮਰਨ ਤੇ ਧਰਮ ਲਈ ਜਿਉਣ, ਇਸ ਕਰਕੇ ਉਹ ਨਹੀਂ ਦਿਸਿਆ। ਇੰਨੀ ਈਰਖਾ ਇਹ ਬੜੇ ਜਿਹੜੇ ਇਹ ਚਾਵਲ ਜਿਹੜੇ ਬੂਟੇ ਅਰਗੇ ਕਿਹੜੇ ਬਹਿਰੂਪੀਏ ਕਿਵੇਂ ਸਰਕਾਰਾਂ ਨੇ। ਪਰ ਮੈਨੂੰ ਇਹ ਕਹਿੰਦਾ ਵੀ ਕੀ ਮਜਬੂਰੀ ਹੁੰਦੀ ਹੈ ਨਾ, ਕਿਵੇਂ ਪਤਾ ਲੱਗਦਾ? ਮੈਂ ਕਿਹਾ ਸਰਕਾਰੀ ਗਨਮੈਨ ਦੇ ਛਤਰੀ ਥਾਪੜੇ ਉਹਨਾਂ ਹੁੰਦੇ ਆ, ਧੁੰਦੇ ਅਰਗੇ ਕੋਲੇ ਵੀ ਆ, ਢੱਡਰਿਆਂ ਵਾਲੇ ਕੋਲੇ ਵੀ ਆ, ਤੇ ਆ ਬੂਟੇ ਚਾਗਲ ਨੂੰ ਵੀ ਮਿਲ ਜਾਣਗੇ। ਆ ਸਭ ਬਿੱਟੇ ਬੁੱਟੇ ਨਹੀਂ, ਸਭ ਸਰਕਾਰੀ ਦੇ ਉੱਪਰ ਕਹਿੰਦੇ ਬੋਲੋ ਭਾਈ, ਜਿਹੜੇ ਬੰਦੇ ਨੂੰ ਦਬਾਉਣਾ, ਜਿਹੜਾ ਪੰਥ ਦੀ ਗੱਲ ਕਰਦਾ, ਹੱਕਾਂ ਦੀ ਗੱਲ ਕਰਦਾ, ਉਹਨੂੰ ਰੋਕਣਾ। ਇਸ ਕਰਕੇ ਐਡਾ ਵੱਡਾ ਝੂਠ ਨਹੀਂ, ਮੈਂ ਕੋਈ ਪੱਖ ਨਹੀਂ ਪੂਰਦਾ ਅੰਮ੍ਰਿਤਪਾਲ ਸਿੰਘ ਦਾ, ਮੈਂ ਕੋਈ ਉਹਦਾ ਚੇਲਾ ਨਹੀਂ ਗਾ, ਪਰ ਜਿਹੜੀ ਸਿਧਾਂਤ ਦੀ ਗੱਲ ਆ ਵੀ ਪੰਥ ਦੀ ਗੱਲ ਆ, ਸਿੱਖ ਰਾਜ ਦੀ ਗੱਲ, ਜਿਹੜਾ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ, ਉਹ ਰਾਜ ਦੀ ਗੱਲ ਅਸੀਂ ਵੋਟਾਂ ਪਾਉਣੇ ਇੱਥੇ ਰਹਿ ਗਏ, ਸਰਕਾਰ ਬਣਦੀ ਪੰਜਾਬ ਸਰਕਾਰ 13 MP ਬਣਦੇ ਆ, ਪਾਉਣੇ ਆ ਵੋਟਾਂ, ਪਰ ਇਹਦਾ ਇਹ ਮਤਲਬ ਨਹੀਂ ਅਸੀਂ ਆਪਦਾ ਜਿਹੜਾ ਸਿੱਖ ਰਾਜ ਉਹਦੀ ਗੱਲ ਨਾ ਕਰੀਏ। ਜਿਹੜਾ ਬੰਦਾ ਸਿੰਘ ਬਹਾਦਰ ਦਾ ਰਾਜ, ਜਿਹੜਾ ਮਹਾਰਾਜਾ ਰਣਜੀਤ ਸਿੰਘ 40 ਸਾਲ ਰਾਜ, ਉਹਨੂੰ ਅਸੀਂ ਯਾਦ ਨਾ ਕਰੀਏ, ਅਸੀਂ ਆਪਦੇ ਸੁਖਨੇ ਨਾ ਲਈਏ ਰਾਜ ਦੇ, ਇਸ ਕਰਕੇ ਇਹ ਚਾਵਲ ਕਹਿਣਗੇ ਧੁੰਦੇ ਅਰਗੇ ਤੇ ਇਹ ਢੱਡਰਿਆਂ ਵਾਲੇ ਵਰਗੇ। ਇਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਕੌਣ ਹੋਣਗੇ ਇਹਨਾਂ ਦੇ? ਤੁਸੀਂ ਹੋਵੋਗੇ ਚਵਲੋ, ਜਿਹੜੇ ਆਪਦੇ ਸਵਾਰਥ ਦੇ ਵਾਸਤੇ ਤੇ ਮਰਯਾਦਾ ਤੋੜ ਮਰੋੜ ਕਰਦੇ ਇਤਿਹਾਸ ਦੀ, ਜਿਹੜੇ ਤੇ ਵੰਡੀਆਂ ਪਾਉਣੇ ਕੌਮ ਦੇ ਵਿੱਚ, ਤੁਸੀਂ ਹੱਕਾਂ ਥਾਪੜ ਗੱਲ ਕਰਦੇ, ਤੁਸੀਂ ਰਹਿਤ ਮਰਯਾਦਾ ਨੂੰ ਵੱਡੀ ਬਣਾ ਕੇ ਇਤਿਹਾਸ ਤੋਂ ਪੇਸ਼ ਕਰਦੇ ਆ। ਇਸ ਕਰਕੇ ਇਤਿਹਾਸ ਦੇ ਵਿੱਚ ਰਹਿਤ ਨਾਮੇ ਸਾਡੇ ਹੋਰ ਬੜਾ ਕੁਛ ਆ, ਫਿਰ ਇਹਨਾਂ ਦਾ ਮੂੰਹ ਇੱਧਰ ਨਹੀਂ ਹੋਣਾ। ਜਿਹੜਾ ਕੂਕਾ ਕੁਫਰ ਲਹਿਰ ਜਿਹੜੀ ਏ, ਜਿਹੜੇ ਰਾਮ ਸਿੰਘ ਬਾਰੇ ਸੁਣਿਆ ਸੰਤ ਬਾਬਾ ਜਰਨੈਲ ਸਿੰਘ, ਸੰਤ ਬਾਬਾ ਕਰਤਾਰ ਸਿੰਘ ਤੋਂ, ਵੀ ਉਹ ਗੁਰਮੁਖ ਪਿਆਰੇ ਸਨ, ਉਹਨਾਂ ਨੇ ਸੀਗਾ ਯੋਧੇ ਪੈਦਾ ਕੀਤੇ, ਕੂਕਾ ਜਿਹੜਾ ਉਹਨਾਂ ਦਾ ਉਹ ਬਣਾਇਆ ਸੀ, ਉਹਨਾਂ ਨੇ ਭੇਸ ਸੀ ਜਿਹੜਾ ਉਹਨਾਂ ਦਾ, ਪਰ ਉਹ ਅੰਮ੍ਰਿਤਧਾਰੀ ਸੀ, ਪੰਜ ਕਕਾਰੀ ਸੀ, ਬਾਣੀ ਦੇ ਨਿਤਨੇਮੀ ਸੀਗੇ ਤੇ ਗੁਰੂ ਗ੍ਰੰਥਾਂ ਨੂੰ ਗੁਰੂ ਮੰਨਦੇ ਸੀ। ਪਰ ਉਹਨਾਂ ਨੂੰ ਕਿਵੇਂ ਜਦੋਂ ਉਹਨਾਂ ਨੂੰ ਕਾਲੇ ਪਾਣੀ ਭੇਜ ਦਿੱਤਾ ਗਿਆ, ਕਿਵੇਂ ਉਹਨਾਂ ਨੂੰ ਗੁਰੂ ਬਣਾ ਕੇ ਪੇਸ਼ ਕਰਨਾ ਸ਼ੁਰੂ ਕਰਤਾ, ਉਸ ਤੋਂ ਬਾਅਦ ਜਿਹੜੇ ਦੇਹਧਾਰੀ ਗੁਰੂ ਬਣਨ ਵਾਲੇ ਤੇ ਜਿਹੜੇ ਸਰਕਾਰਾਂ ਦੇ ਨਾਲ ਮਿਲ ਕੇ ਤੇ ਕਹਿੰਦੇ ਆ ਵੀ ਕੂਕਦਾ ਰਿਹਾ ਰਾਮ ਸਿੰਘ, ਉਹਦੀ ਸੁਣੀ ਨਹੀਂ, ਚਿੱਠੀਆਂ ਪਾਉਂਦਾ ਰਿਹਾ, ਮੈਨੂੰ ਗੁਰੂ ਨਾ ਬਣਾ ਕੇ ਪੇਸ਼, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਪਰ ਨਹੀਂ, ਤੇ ਉਦੋਂ ਬਾਅਦ ਕਿਵੇਂ 11ਵਾਂ 12ਵਾਂ 13ਵਾਂ ਤੇ ਕਿਵੇਂ ਆ ਹੁਣ ਜਗਜੀਤ ਸਿੰਘ ਜਿਹੜਾ, ਜਾਂ ਉਦੋਂ ਬਾਅਦ ਉਹ ਮਰਨ ਤੋਂ ਬਾਅਦ ਫਿਰ ਆ ਇੱਕ ਜਿਹੜਾ ਉਹਨਾਂ ਦਾ ਹੁਣ ਬਹਿਰੂਪੀਏ ਬਣੇ ਅੱਡੋ ਅੱਡੀ ਧੜੇ ਉਹਨਾਂ ਦੇ, ਗੁਰੂ ਗ੍ਰੰਥ ਸਾਹਿਬ ਦੀ ਝੂਰੀ 'ਚ ਵਜੇ ਬਹਿੰਦੇ ਆ, ਉੱਧਰ ਨਹੀਂ ਮੂੰਹ ਹੋਣਾ ਢੱਡਰੀਆਂ ਧੁੰਦੇ ਵਾਲਿਆਂ ਰੰਗਾਂ ਦਾ। ਜੇ ਇਹਨਾਂ ਨੂੰ ਕਹੋ, ਪੁੱਛੋ ਕੋਈ ਵੀ ਤੁਸੀਂ ਆ ਭਾਈ, ਇਹਨਾਂ ਨੂੰ ਕੋਈ ਪੁੱਛਣ ਚਲੇ ਜਾਵੇ, ਫਿਰ ਕਹਿੰਦੇ ਸਾਨੂੰ ਰੋਕਦੇ ਆ, ਸਾਡਾ ਦੀਵਾਨ ਰੋਕਦੇ ਆ, ਇਹ ਇਹਨਾਂ ਰਾਧਾ ਸਵਾਮੀਆਂ ਨੂੰ ਨਹੀਂ ਰੋਕਦੇ, ਕੂਕਿਆਂ ਨੂੰ ਨਹੀਂ ਰੋਕਦੇ, ਤੁਸੀਂ ਨਾ ਰੋਕਿਆ, ਤੁਸੀਂ ਪੈਸੇ ਇਕੱਠੇ ਕਰਨ ਨੂੰ ਤੇ ਬਾਹਰ ਜਾ ਕੇ ਡਾਲਰ ਇਕੱਠੇ ਕਰਨ ਨੂੰ ਤੇ ਕੌਮ ਦੇ ਵਿੱਚ ਵੰਡੀਆਂ ਪਾਉਣ ਨੂੰ, ਪਵਾੜੇ ਪਾਉਣ ਨੂੰ। ਚਲੋ ਹੁਣ ਕਿਹੜਾ ਕਿਹੜਾ ਤੁਰਦਾ ਤੁਰੋ, ਹੁਣ ਢੱਡਰੀਆਂ ਵਾਲਾ ਧੁੰਦਾ ਸਾਰੇ ਸਤਿਕਾਰ ਕਮੇਟੀਆਂ ਵਾਲੇ, ਤੇ ਸਭ ਨੂੰ ਇੱਕ ਮੈਂ ਤਾਂ ਬੇਨਤੀ ਕਰਨਾ ਹੋਣਾ ਚਾਹੀਦਾ। ਪਰ ਇਹ ਜਿਹੜੇ ਬੰਦੇ ਗੁਰੂ ਸਾਹਿਬ ਦੇ ਨਾਂ ਤੇ ਖਾਂਦੇ ਆ ਤੇ ਪਰ ਸਿੱਖਾਂ ਦੇ ਵਿੱਚ ਵੱਖਰੀ ਆਪਦੀ, ਵੀ ਸਾਨੂੰ ਬਸ ਕੋਈ ਪੁੱਛੇ ਨਾ, ਅਸੀਂ ਸਟੇਜਾਂ ਤੇ ਬਹੀਏ, ਪੈਸੇ ਇਕੱਠੇ ਕਰੀਏ, ਬਾਹਰ ਜਾ ਕੇ ਡਾਲਰ ਕਮਾਈਏ ਤੇ ਬਸ ਅਸੀਂ ਤੋਰੀ ਫੁਲਕਾ ਸਾਡਾ ਚੱਲੇ, ਪਰ ਸਾਨੂੰ ਕੋਈ ਪੁੱਛੇ ਨਾ। ਜੇ ਕੋਈ ਪੁੱਛੇ ਤੇ ਫਿਰ ਕਹਿੰਦੇ ਜੀ ਉਹਨਾਂ ਨੂੰ ਨਹੀਂ ਰੋਕਦੇ, ਤੁਸੀਂ ਨਾ ਰੋਕਿਆ ਜੇ, ਤੁਹਾਡਾ ਕੋਈ ਸੰਬੰਧ ਨਹੀਂ। ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਗੁਰੂ ਦਾ ਪ੍ਰਚਾਰ ਹੀ ਨਹੀਂ ਕਰਦੇ ਤੁਸੀਂ ਗੁਰੂ ਸਾਹਿਬ ਦਾ ਸਤਿਕਾਰ ਦੇ ਸੀਗਾ ਤੁਹਾਨੂੰ, ਉਹ ਸਤਿਕਾਰ ਨਾਲ ਹੀ ਲੈ ਕੇ ਗਏ ਸੀ ਤੇ ਹੋਈ ਤਾਂ ਨਹੀਂ ਬੇਵਦੀ। ਇਹ ਬਸ਼ਰਮ ਐਡੇ ਆ, ਇਹ ਚਾਹੁੰਦੇ ਬੇਵਦੀ ਕਿਉਂ ਨਹੀਂ, ਫਿਰ ਵੀ ਬੋਲਣਾ ਪੈ ਗਿਆ ਨਾ, ਸੜੇ ਮੱਚੇ ਪੈ ਅੰਦਰੋਂ ਬੋਲਣਾ ਪੈ ਗਿਆ ਇਹਨਾਂ ਨੂੰ ਵੀ ਬੇਵਦੀ ਹੋਈ ਕਿਉਂ ਨਹੀਂ ਇਹਨਾਂ ਨੂੰ ਤਾਂ ਆ ਤੇ। ਪਰ ਜੇ ਉਹ ਸਿੰਘ ਗੁਰੂ ਦੇ ਨਾਲ ਸ਼ਸਤਰਧਾਰੀ ਬਾਣੇ ਵਾਲੇ, ਉਹ ਨਹੀਂ ਦੀਦੇ ਇਹਨਾਂ ਨੂੰ ਵੀ ਕਿੰਨੀਆਂ ਸੰਗਤਾਂ ਕਿਵੇਂ ਜਾਪ ਕਰਦੇ ਹੋਏ ਕਿਵੇਂ, ਤੇ ਜੇ ਇੱਕ ਸਿੱਖੀ ਦਾ ਸਿਧਾਂਤ ਆ, ਜੇ ਵੀਰ ਰਸ ਦੇ ਵਿੱਚ ਖਾਲਸੇ ਨੇ ਕੋਈ ਵਾਧ ਘਾਟ ਹੋਈ ਤੇ ਕਿਵੇਂ ਇਹਨਾਂ ਨੇ ਪਿੱਟਣਾ ਲਿਆ ਹੋਇਆ, ਕਿਵੇਂ ਸਰਕਾਰ ਦੀ ਬੋਲੀ ਬੋਲਦੇ ਆ। ਇਸ ਕਰਕੇ ਸੁਚੇਤ ਹੋਣ ਦੀ ਲੋੜ ਆ ਸਾਨੂੰ, ਤੇ ਆਓ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ
कूके जिहड़ा गुरु साहब दी झूरी दे विच कुफर तोल रहे आ पाप कमा रहे आ इन्हां नूं रोकिया जावे। सारिआं नूं बेनती करदा ते इन्हां नूं वी जिहड़े अपने आप दे ठेकेदार बणदे आ पंथ दे आपदे चेलिआं चेलिआं दे विच इन्हां दे होमे नूं पट्ठे पाउण जोगे इन्हां दे हुंदे आ जिथे दीवान लगदे आ ते ढड्डियां वाले तां मानसिक रोगी होण वाली गल बनी खड़ी वी मेरे दीवान है लखां संगतां क्यों नहीं ते मैं पवाड़े आप बन गया ऐं सरसे वाला बनिआ सी ढड्डियां वालिआ होर कोई उत्तों नहीं ऐ डिगे सीगे इत्थे विगड़े सी जदों मत्थे टेकण लग पए ते गुरु बन गए। इस करके कुछ शर्म नूं हथ मारो कि किवें झूठ बोली जाना भी उन्होंने रस्ते खोलते बैरियल खोलते सिंह राज गिरफ्तार किए उत्थे थाने कोले किवें बैरियल लाए सिंह पासे करके आपदी हिम्मत दे नाल ते थाने च वड़े जाके चलो वह गलत होया उन्होंने कब्जा कही जाते धावा बोलता कही जाते पर प्रशासन का कोई कसूर नहीं जिन्होंने स्थिति बनाई जिहड़े दबाउणा चाहुंदे सी जिहड़े जां सरकार दी मनशा दे नाल सरकार दे हुक्म दे नाल चंगी गल आ गुरु साहिब दा सत्कार कीता ऐं करना चाहीदा अगे वास्ते करन ते जाप करदियां संगतां दा सत्कार क्यों नहीं कीता कोटकपूरे इही प्रशासन सी भाजी कोई अफसर होर होणगे दो पर सरकारां दे अंदर सारा सिस्टम तां इही सीगा किवें गोलियां मारियां ते गंदे पाणी पाए सी इह सारियां गल्लां दा जवाब दे सकदे आ। इस करके जे किसी की शान के खिलाफ कुछ बोलिया गया हो अपना छोटा वीर समझ के माफ करना जेडे इतिहास बिगाड़ते हैं ज पवाड़े पाते हैं ईरखा रख के कौम दियां गल्लां करते हैं इन्हों तो कोई माफी नहीं इहो जिहियां चवलां की कोई परवाह नहीं तो साड्या ने सिखां की आजादी लई राज लई कुर्बानियां कीतियां तां बोल रहे हैं ये कोई कवे भी एवें उठ के बोलन लग पिया जना खणा तो जिन्ना क हक बनता उन्ना की बोलियां। वीडियो चंगी लगी तो लाइक शेयर कमेंट कर देनी जरूरी नहीं भी गाल गलोच की हो पुठा सीधा बोलिया हो फिर ही वीडियो लाइक शेयर कमेंट करनी है जे चंगी गल लगती है तो गांह आप जी लाइक शेयर कमेंट कर सकते हो। वाहिगुरु जी का खालसा वाहिगुरु जी की फतह।